ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਕੋਲ ਕੋਈ ਅਲਫਾਜ਼ ਹੈ ਨਹੀਂ ਕਿ ਕਿਨ ਅਲਫਾਜ਼ਾਂ ਦੇ ਨਾਲ ਮੈਂ ਇਹ ਕਹਾਂ। ਮੇਰੇ ਹਿਸਾਬ ਨਾਲ ਰੱਬ ਜਦ ਆਪ ਬਹਿ ਕੇ ਉਹ ਰੂਹਾਂ ਨੂੰ ਇਕੱਠੀਆਂ ਕਰਕੇ ਬਣਾਉਂਦਾ ਤਾਂ ਇਹੋ ਜਿਹੀ ਚੀਜ਼ ਬਣਦੀ ਹੈ। ਇਹ ਸਾਰੀਆਂ ਰੂਹਾਂ ਜਿਹੜੀਆਂ ਇਕੱਠੀਆਂ ਹੋਈਆਂ ਆਰਟਿਸਟਾਂ ਤੋਂ ਲੈ ਕੇ ਡਾਇਰੈਕਟਰ ਤੋਂ ਲੈ ਕੇ ਪ੍ਰੋਡਿਊਸਰ ਤੋਂ ਲੈ ਕੇ ਇਹ ਰੱਬ ਨੇ ਖਾਸ ਰੂਹਾਂ ਸਿਲੈਕਟ ਕੀਤੀਆਂ ਸੀ, ਇਹ ਚੀਜ਼ ਬਣੀ ਹੈ। ਔਰ ਮੇਰਾ ਖਿਆਲ ਹੈ ਜਦ ਤੱਕ ਦੁਨੀਆ ਰਹੇਗੀ ਇਹ ਫਿਲਮ ਹਮੇਸ਼ਾ ਇੱਕ ਯਾਦਗਾਰ ਬਣ ਕੇ ਰਹੇਗੀ। ਆਪਾਂ ਅੱਜ ਕਹਿ ਸਕਦੇ ਹਾਂ ਕਿ ਜੇ ਕੋਲ ਮੁਗਲ ਆਜ਼ਮ ਹੈਗੀ ਤਾਂ ਸਾਡੇ ਕੋਲ ਬੀਬੀ ਰਜਨੀ ਹੈ। ਔਰ ਇਸ ਤੋਂ ਵੱਡੀ ਫਿਲਮ ਨਾ ਅੱਜ ਤੱਕ ਮੈਂ ਦੇਖੀ ਹੈ ਤਾਂ ਨਾ ਬਣੀ ਹੈ। ਅੱਜ ਪੰਜਾਬੀ ਫਿਲਮ ਇੰਡਸਟਰੀ ਬਾਲੀਵੁੱਡ ਤੋਂ ਹੁੰਦੇ ਹੋਏ, ਸਾਊਥ ਤੋਂ ਹੁੰਦੇ ਹੋਏ ਹਾਲੀਵੁੱਡ ਨੂੰ ਟੱਪ ਕੇ ਨੰਬਰ 1 ਇਸ ਵਰਲਡ ਦੇ ਵਿੱਚ ਹੋਈ ਹੈ। ਔਰ ਇਹ ਸਾਰਾ ਕੁਛ ਆਹ ਜਿਹੜੇ ਹੀਰੇ ਖੜੇ ਨੇ ਹੈ ਜੀ, ਇਹ ਹੀਰਿਆਂ ਦਾ ਕੋਈ ਮੈਂ ਨਾਮ ਨਹੀਂ ਦੇ ਸਕਦਾ, ਪਰ ਜਦ ਤੱਕ ਵੀ ਜ਼ਿੰਦਗੀ ਰਹੇਗੀ ਮੈਨੂੰ ਹਮੇਸ਼ਾ ਯਾਦ ਰਹੇਗਾ ਕਿ ਇਹਨਾਂ ਹੀਰਿਆਂ ਬਗੈਰ ਇਹ ਮਹਿਲ ਐਡਾ ਉਸਾਰਿਆ ਨਹੀਂ ਸੀ ਜਾ ਸਕਦਾ। ਔਰ ਇੱਕ ਲਾਸਟ ਮੈਂ ਗੱਲ ਕਹਿਣਾ, ਕਈ ਵਾਰੀ ਅਲਫਾਜ਼ ਨਹੀਂ ਹੁੰਦੇ, ਪਰ ਮੇਰਾ ਖਿਆਲ ਜਿਹੜੀ ਪ੍ਰੋਜੈਕਸ਼ਨ ਆ ਬਿੱਟੀਆਂ ਨੇ ਕੀਤੀ ਹੈ, ਰੂਪੀ ਗਿੱਲ ਨੇ, ਇੱਕ ਮਿਸਾਲ ਇਸ ਦੁਨੀਆਂ ਦੇ ਵਿੱਚ ਕਿ ਜੇ ਕਿਸੇ ਦੀ ਮਾਂ ਹੋਵੇ ਤਾਂ ਇਹੋ ਜਿਹੀ ਹੋਵੇ, ਜੇ ਕਿਸੇ ਦੀ ਧੀ ਹੋਵੇ ਤਾਂ ਇਹੋ ਜਿਹੀ ਹੋਵੇ, ਜੇ ਕਿਸੇ ਦੀ ਧਰਮ ਪਤਨੀ ਹੋਵੇ ਤਾਂ ਇਹੋ ਜਿਹੀ ਹੋਵੇ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਧਿਕ ਲਾਏ ਦੀਵਾਨ। ਉਸ ਔਰਤ ਦੀ ਮਿਸਾਲ ਹੈ ਐ ਦੁਨੀਆ ਵਾਲੋ, ਔਰਤ ਨੂੰ ਆਪਣੇ ਪੈਰ ਦੀ ਜੁੱਤੀ ਸਮਝਣ ਵਾਲਿਓ। ਆ ਮੈਨੂੰ ਉਮੀਦ ਇਸ ਫਿਲਮ ਦੇਖਣ ਤੋਂ ਬਾਅਦ ਤੁਸੀਂ ਔਰਤ ਦੇ ਪੈਰੀ ਹੱਥ ਲਾ ਕੇ ਘਰੋਂ ਤੁਰਿਆ ਕਰੋ। ਮੈਂ ਜਿਹੜੀ ਸਾਰੇ ਧਰਮਾਂ ਨੂੰ ਜਿਨ੍ਹਾਂ ਨੇ ਬਖੇਰ ਕੇ ਰੱਖਿਆ ਉਹਨੂੰ ਜੋੜੂਗੀ, ਸਾਰੇ ਵਰਗ ਦੇ ਲੋਕਾਂ ਨੂੰ ਜੋੜੂਗੀ। ਔਰ ਇਹ ਫਿਲਮ ਐਸੀ ਹੈ ਜੋ ਮੇਰਾ ਦਿਲ ਕਹਿੰਦਾ ਕਿ ਕ੍ਰਾਂਤੀ ਲੈ ਕੇ ਆਊਗੀ ਆਉਣ ਵਾਲੀ ਨਸਲ ਲਈ। ਮੈਂ ਅੱਜ ਰਾਤ 2 ਵਜੇ ਗਿਆ ਸੀ ਅਨੰਦਪੁਰ ਸਾਹਿਬ, ਉੱਥੇ ਅਰਦਾਸ ਕੀਤੀ ਸੀ ਅਤੇ ਬੜਾ ਚਿਰ ਮੈਂ ਬੈਠਾ ਰਿਹਾ। 10ਵੇਂ ਪਾਤਸ਼ਾਹ ਜਿੱਥੇ 32 ਸਾਲ ਰਹੇ ਦੁਨੀਆਂ ਦੇ ਵਿੱਚ, ਕਿਸੇ ਨੂੰ ਜਾ ਕੇ ਸਮਝਾਉਣ ਦੀ ਲੋੜ ਨਾ ਪਵੇ, ਲੋਕ ਆਪ ਹੀ ਸਮਝ ਜਾਣ। ਤੁਹਾਨੂੰ ਬਹੁਤ ਬਹੁਤ ਪਿਆਰ, ਪ੍ਰੈਸ ਵਾਲਿਓ, ਸਾਰਿਓ, ਚੈਨਲ ਵਾਲਿਓ, ਤੁਸੀਂ ਬਹੁਤ ਮਦਦ ਕੀਤੀ ਹੈ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਥੇ ਪਹੁੰਚਾਉਣ ਦੀ। ਔਰ ਤੁਹਾਨੂੰ ਮੈਂ ਕਲਾਕਾਰ ਮੇਰਾ ਸਿਰ ਝੁਕਦਾ ਇਹਨਾਂ ਦੇ ਪੈਰਾਂ ਵਿੱਚ। ਮੈਂ ਤਾਂ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਬੰਦਾ, ਲੇਕਿਨ ਜੋ ਇਹਨਾਂ ਨੇ ਕੰਮ ਕੀਤਾ, ਜੋ ਬਣਾਈ ਹੈ, ਅਮਰ ਹਿੰਦਲ ਜੀ ਤੋਂ ਲੈ ਕੇ ਪ੍ਰਜੀਤ ਦਿਓ ਜੀ ਤੋਂ ਲੈ ਕੇ ਸੁੱਖ ਭਾਜੀ ਤੋਂ ਲੈ ਕੇ ਮਲਕਾਣਾ ਜੀ ਤੋਂ ਲੈ ਕੇ ਸਾਰਿਆਂ ਨੂੰ, ਮੇਰਾ ਸਿਰ ਹਮੇਸ਼ਾ ਇਹਨਾਂ ਦੇ ਚਰਨਾਂ ਚੁੱਕਿਆ ਰਹੂਗਾ। ਔਰ ਮੈਨੂੰ ਮਾਣ ਹੈ ਜ਼ਿੰਦਗੀ ਦੇ ਵਿੱਚ ਕਿ ਅੱਜ ਪੰਜਾਬੀ ਫਿਲਮ ਇੰਡਸਟਰੀ ਨੇ, ਪੰਜਾਬ ਦੀ ਧਰਤੀ ਨੇ, ਮਾਂ ਨੇ ਇਹੋ ਜਿਹੇ ਲਾਲ ਅਤੇ ਇਹੋ ਜਿਹੀਆਂ ਧੀਆਂ ਜੰਮੀਆਂ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਹਿਸਟਰੀ ਬਣਾ ਕੇ ਦੁਨੀਆਂ ਦੇ ਸਾਹਮਣੇ ਪੇਸ਼ ਕੀਤੀ ਹੈ। ਔਰ ਹਿਸਟਰੀ ਹੈ ਕਿ ਸਿੱਖੀ ਹੈ ਕੀ, ਗੁਰੂ ਘਰ ਹੈ ਕੀ, ਔਰ ਗੁਰੂ ਕੀ ਨੇ, ਉਹਨਾਂ ਨੇ ਸਾਰੇ ਧਰਮਾਂ ਨੂੰ, ਸਾਰੇ ਵਰਗਾਂ ਨੂੰ ਜੋੜਿਆ। ਔਰ ਜਿਹੜਾ ਨਾਂ ਜਪਦਾ, ਇਹ ਸਾਰੇ ਰਿਸ਼ਤੇ ਜਿਹੜੇ ਨੇ ਇਹ ਵਿਸ਼ਵਾਸ ਦੇ ਨੇ। ਅਤੇ ਰਜਨੀ ਜੀ ਨਾਲ ਵਿਸ਼ਵਾਸ ਸਿਰਫ ਇੱਕ ਔਰਤ ਨਹੀਂ ਹੋ ਸਕਦਾ, ਬੰਦੇ ਨੂੰ ਨਹੀਂ ਹੋ ਸਕਦਾ। ਜੇ ਹੋ ਸਕਦਾ, ਮੈਂ ਅੱਜ ਤੋਂ ਬਾਅਦ ਐਲਾਨ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਮੇਰਾ ਦਿਲ ਕਰਦਾ ਕਿਤੇ ਕੁੱਲੀ ਪਾ ਕੇ ਮਹਾਰਾਜ ਤੇਰਾ ਨਾਂ ਜਪਦਾ ਜਪਦਾ ਚਲੇ ਜਾਵਾਂ, ਕਿਉਂਕਿ ਇਸ ਤੋਂ ਉੱਤੇ ਮੇਰੀ ਕੋਈ ਮੰਗ ਨਹੀਂ। ਤੇਰਾ ਬਹੁਤ ਬਹੁਤ ਧੰਨਵਾਦ, ਹੇ ਅਕਾਲ ਪੁਰਖ ਦਾਤਾਰ ਪਿਤਾ, ਤੇਰਾ ਸ਼ੁਕਰ ਹੈ। ਤੂੰ ਬੜੇ ਭਾਗ ਲਾਏ ਨੇ, ਇਸ ਸਾਰਿਆਂ ਨੂੰ ਭਾਗ ਲਾਈ, ਪੰਜਾਬੀ ਫਿਲਮ ਇੰਡਸਟਰੀ ਨੂੰ ਇੱਥੇ ਤੱਕ ਲੈ ਕੇ ਜਾਈ ਕਿ ਸਾਰੀ ਦੁਨੀਆ ਉਹਦਾ ਲੋਹਾ ਮੰਨੇ, ਔਰ ਇੱਕ ਪਿਆਰ ਦਾ ਮੁਜੱਸਮਾ ਗੁਲਦਸਤਾ ਜਿਹੜਾ ਰੱਬ ਨੇ ਬਣਾਇਆ ਸੀ ਦੁਬਾਰਾ ਪੈਦਾ ਹੋ ਕੇ ਸਾਥੀ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਇੱਕ ਕੁਐਸਚਨ ਹੈ ਤੁਹਾਨੂੰ, ਜਦੋਂ ਵੀ ਜਦੋਂ ਵਿੱਚ
ਦੇਖਦੇ ਹਾਂ ਤੁਹਾਨੂੰ, ਤੁਸੀਂ ਰੱਬ ਨੂੰ ਮੰਨਣ ਵਾਲੇ ਇਨਸਾਨ ਹੋ, ਤੁਸੀਂ ਹਮੇਸ਼ਾ ਵਾਹਿਗੁਰੂ ਦਾ ਜ਼ਿਕਰ ਹਰੇਕ ਚੀਜ਼ ਦੇ ਵਿੱਚ ਕਰਦੇ ਹੋ। ਹੌਲੀ ਬੋਲ, ਹੌਲੀ ਹੌਲੀ ਫਿਰ ਦੱਸ ਦੇਗਾ ਕੀ ਹਾਂ। ਇਸ ਕਿਲ੍ਹਾ ਨੂੰ ਕਰੇ ਤੁਹਾਨੂੰ ਪਰਿਵਰਤਨ ਕਰਨਾ ਕਿੰਨਾ ਔਖਾ ਲੱਗਿਆ ਸੀਗਾ। ਜਦ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਨਾ ਤੇ ਫਿਰ ਖੋਤਾ ਵੀ ਘੋੜਾ ਬਣ ਕੇ ਡਰਬੀ ਦਾ ਭਜਦਾ ਪੁੱਤ ਪਸੰਦੀ ਗਿਆ। ਦਾਦੀ ਜੀ ਤੋਂ ਇੱਕ ਕਹਾਣੀ ਸੁਣੀ ਸੀ, ਮਾਤਾ ਜੀ ਤੋਂ ਸੁਣੀ ਸੀ। ਅੱਜ ਕੱਲ੍ਹ ਗੱਲ ਇਹ ਹੈ ਕਿ ਕਿਸੇ ਕੋਲ ਸਮਾਂ ਹੈ ਨਹੀਂ, ਅਸੀਂ ਇਸੇ ਕਰਕੇ ਮਹਾਰਾਜ ਨੇ ਰੱਬ ਨੇ ਫਿਲਮ ਬਣਵਾਈ ਹੈ ਕਿ ਤੁਸੀਂ ਸਾਰੇ ਦੇਖੋ ਤੇ ਵਾਰ ਵਾਰ ਦੇਖੋ ਤੇ ਆਪਾਂ ਪਰਿਵਰਤਨ ਲੈ ਕੇ ਆਈਏ, ਸਾਥੀਆਂ ਕੋਲ ਵਾਪਸ ਲੈ ਕੇ ਆਈਏ। ਮੈਨੂੰ ਪਤਾ ਤੁਸੀਂ ਸਾਰੇ ਬਹੁਤ ਮਿਸ ਕਰਦੇ ਹੋ ਆਪਣੇ ਕਲਚਰ ਨੂੰ। ਇੱਕ ਟਾਈਮ ਸੀ ਜਦ ਇੱਕ ਦੂਜੇ ਨਾਲ ਪਿਆਰ ਸੀ, ਸਤਿਕਾਰ ਸੀ, ਮਾਣ ਸੀ, ਵੱਡੀ ਮਾਂ ਬਰਾਬਰ ਦੀ ਭੈਣ ਤੇ ਛੋਟੀ ਧੀ ਸੀ। ਇਹ ਫਿਲਮ ਇਸੇ ਕਰਕੇ ਰੱਬ ਨੇ ਬਣਵਾਈ ਹੈ ਕਿ ਆਪਾਂ ਜ਼ਿੰਦਗੀ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਉਹ ਸਾਰੇ ਲੋਕਾਂ ਨੂੰ ਠੀਕ ਕਰੋ। ਜਿਹੜਾ ਬੰਦਾ ਬਿਮਾਰ ਹੋ ਜਾਂਦਾ ਨਾ ਤੇ ਉਹ ਹੌਲੀ ਹੌਲੀ ਡਾਕਟਰ ਦੀ ਦਵਾਈ ਤੋਂ ਠੀਕ ਹੁੰਦਾ, ਲੇਕਿਨ ਜਦ ਰੱਬ ਮਿਹਰਬਾਨ ਹੁੰਦਾ ਫਿਰ ਉਹ ਬਹੁਤ ਜਲਦੀ ਠੀਕ ਹੁੰਦਾ। ਸੋ ਮੈਂ ਸਮਝਦਾ ਤੁਹਾਡੇ ਸਵਾਲ ਦਾ ਕੋਈ ਜਵਾਬ ਦਈਏ ਕਿ ਸਾਰਿਆਂ ਨੂੰ ਆਪਣਾ ਜਿਹੜਾ ਇਸ ਦੇਸ਼ ਦਾ, ਇਸ ਧਰਤੀ ਦਾ ਜਿੱਥੇ ਗੁਰੂ ਪੀਰ ਪੈਦਾ ਹੋਏ, ਤੁਸੀਂ ਦੇਖੋ ਇਸ ਫਿਲਮ ਦੇ ਵਿੱਚ ਸਾਰੇ ਧਰਮਾਂ ਦੀ ਗੱਲ ਹੈ, ਸਭ ਨੂੰ ਬਰਾਬਰ ਕੀਤਾ, ਸਭ ਨੂੰ ਗੁਲਦਸਤਾ ਬਣਾ ਕੇ ਜੋੜਿਆ। ਅਤੇ ਜੇ ਆਪਾਂ ਇਸ ਪਿਕਚਰ 'ਤੇ ਅਮਲ ਕਰਾਂਗੇ ਤਾਂ ਮੇਰਾ ਖਿਆਲ ਬਹੁਤ ਕੁਛ ਬਦਲ ਜੂਗਾ। ਜਦ ਤੱਕ ਦੁਨੀਆ ਰਹੂਗੀ, ਬੀਬੀ ਰਜਨੀ ਇਹ ਫਿਲਮ ਰਹੂਗੀ ਔਰ ਲੋਕ ਵਾਰ ਵਾਰ ਦੇਖੂਗੇ।